ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਫਾਰਮ ਅਤੇ ਪ੍ਰੀਖਿਆ ਫੀਸ ਦੇ ਸਬੰਧ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜੋ 2023 ਦੀਆਂ ਪ੍ਰੀਖਿਆਵਾਂ ਹੁਣ ਵਾਲੀਆਂ ਨੇ ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਡੇਲੀ ਇਸੇ ਤਰ੍ਹਾਂ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਿਆ ਜੀ ਉਹ ਨੋਟੀਫਿਕੇਸ਼ਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਕੰਟਰੋਲਰ ਪ੍ਰੀਖਿਆਵਾਂ ਦਾ ਦਫ਼ਤਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਸੈਸ਼ਨ ਮਈ 2023 ਦੀਆਂ ਸਮੈਸਟਰ ਪ੍ਰੀਖਿਆਵਾਂ ਦੇ ਸਾਰੇ ਕੋਰਸਾਂ ਜਿਦੇ ਵਿੱਚ ਰੈਗੂਲਰ ਅਤੇ ਪ੍ਰਾਈਵੇਟ ਡਿਸਟੈਂਸ ਐਜੂਕੇਸ਼ਨ ਰੀਪੀਅਰ ਚਾਰੋਂ ਤਰ੍ਹਾਂ ਦੀਆਂ ਪ੍ਰੀਖਿਆਵਾਂ ਆ ਗਈਆਂ ਲਈ ਫਾਰਮ ਅਤੇ ਪ੍ਰੀਖਿਆ ਫੀਸ ਭਰਉਣ ਲਈ ਸ਼ਡਿਊਲ ਜਿਹੜਾ ਜਾਰੀ ਹੋਇਆ ਸੋ 10 2 2023 ਤੋਂ 28 2 2023 ਬਿਨਾਂ ਲੇਟ ਫੀਸ ਤੋਂ ਜਿਹੜੀ ਫੀਸ ਭਰਾਈ ਜਾਵੇਗੀ 1 3 2023 ਤੋਂ 11 3 2023 ਤੱਕ 2500 ਰੁਪਏ ਫੀਸ ਲੱਗੇਗੀ 12 3 19/3/2023 ਤੋਂ 25/3/2023 ਤੱਕ 20000 ਰੁਪਏ ਫੀਸ ਜਿਹੜੀ ਲੱਗੇਗੀ। ਸੋ 25/3/2023 ਤੋਂ ਬਾਅਦ ਕੋਈ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਸੈਸ਼ਨ ਮਈ 2023 ਦੇ ਪ੍ਰੀਖਿਆ ਫਾਰਮ ਵਿੱਚ ਸਮੈਸਟਰ ਜਿੱਥੇ ਸਪਸ਼ਟ ਹੈ ਕਿ ਮਈ 2023 ਦੇ ਸਮੈਸਟਰ ਦੀ ਪਹਿਲਾ ਪੇਪਰ ਦੀ ਪ੍ਰੀਖਿਆ ਨਾ ਕਿ ਕਲਾਸ ਵਾਈਜ਼ ਪਹਿਲੇ ਪੇਪਰ ਦੀ ਪ੍ਰੀਖਿਆ ਦੀਆਂ ਪ੍ਰੀਖਿਆਵਾਂ ਮਸ਼ੂਰ ਹੁਣ ਤੋਂ 2 ਦਿਨ ਪਹਿਲਾਂ ਤੱਕ ਯੂਨੀਵਰਸਿਟੀ ਨਿਯਮਾਂ ਦੇ ਅਨੁਸਾਰ ਕਰੈਕਸ਼ਨ ਜਿਹੜੀ ਕਰਵਾਈ ਜਾ ਸਕਦੀ ਹੈ। ਪੇਪਰ ਸ਼ੁਰੂ ਹੋਣ ਤੋਂ ਬਾਅਦ ਕੋਈ ਵੀ ਕਰੈਕਸ਼ਨ ਨਹੀਂ ਕੀਤੀ ਜਾਵੇਗੀ। ਪਰੰਤੂ ਪੇਪਰ ਖਤਮ ਹੋਣ ਤੋਂ ਬਾਅ 5 ਰੁਪਏ ਜੁਰਮਾਨੇ ਨਾਲ ਕਰੈਕਸ਼ਨ ਜਿਹੜੀ ਹੋ ਚੁੱਕੀ ਹੈ ਤਾਂ ਇਹ ਸਾਰਾ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਹੈ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ